वाहेगुरु जी का खालसा वाहेगुरु जी की फतेह। तुहानू सारयां ने दस्सिया भी पंजाब दे विच बहुत प्रॉब्लम्स ने, सैमीनार हुंदे ने, अखबारां च आउंदा आ, गीतां च आउंदा, कवितावां च आउंदा आ, सारे दसदे ने भी आह फलानी फलानी समस्या आ, पर उहनू दूर करन दी नहीं कोई कोशिश करदा। गल तां इह आ ना वी आपां नूं पता लग गया आपां नूं बुखार हैगा आ, बुखार दूर करन दी दवाई लैण दा मुद्दा मेन हुंदा आ। लुधियाणे तों चंडीगढ़ नूं जदों आपां जाणदे आ रस्ते विच इक पिंड आउंदा कलाल, छेवें पातशाह दसवें पातशाह दी चरण सौ धरती, ਉਹ ਧਰਤੀ ਦੇ ਉੱਤੇ ਜਦੋਂ ਅਸੀਂ ਅੱਜ ਲੰਘਦੇ ਹੋਏ ਦੇਖਿਆ ਵੀ ਉੱਥੇ ਇੱਕ ਮੇਲਾ ਲੱਗਿਆ ਸੀਗਾ। ਚਲੋ ਉਤਰ ਕੇ ਦੇਖਿਆ ਵੀ ਉੱਥੇ ਬਹੁਤ ਜ਼ਿਆਦਾ ਬੱਚੇ ਪ੍ਰੈਕਟਿਸ ਕਰਦੇ ਸੀਗੇ। ਪਤਾ ਕੀਤਾ ਵੀ ਇੱਥੇ 3-4 ਸਾਲ ਦੇ ਤੋਂ ਲੈ ਕੇ ਬੱਚੇ ਤੋਂ ਵੱਡੇ ਜਿਹੜੇ ਪਰਸਨ ਨੇ ਜਿਹੜੇ ਵਿਆਹੇ ਹੋਏ ਨੇ ਉਹ ਵੀ ਇੱਥੇ ਸ਼ਾਮ ਨੂੰ ਪ੍ਰੈਕਟਿਸ ਕਰਨ ਗਰਾਊਂਡ ਵਿੱਚ ਆਉਂਦੇ ਨੇ। ਕੋਈ ਖੇਡਾਂ ਦੇ ਵਾਸਤੇ ਆਉਂਦਾ, ਕੋਈ ਫੌਜ ਦੀ ਭਰਤੀ ਵਾਸਤੇ ਆਉਂਦਾ ਆ, ਫਿਰ ਅਸੀਂ ਚਲੋ ਵੀਡੀਓ ਬਣਾਈ ਸਾਰੀ ਦੇਖਿਓ। ਹੁਣ ਗੱਲ ਇਹ ਆ ਵੀ ਉਹ ਜਿਹੜਾ ਇਹ ਕੰਮ ਹੈਗਾ ਵੀ ਕਦੋਂ ਸ਼ੁਰੂ ਹੋਇਆ, ਕਾਹਤੇ ਹੋਇਆ, ਜਿਹਦੇ ਨੇ ਸ਼ੁਰੂ ਕੀਤਾ ਉਹਨਾਂ ਨਾਲ ਆਪਾਂ ਮਿਲਣਾ ਵੀ ਸੀਗਾ। ਲੰਘਦੇ ਹੋਏ ਇੱਥੇ ਤਰ੍ਹਾਂ ਤਰ੍ਹਾਂ ਦੇ ਪੋਲੀਟੀਸ਼ਨ ਆਉਂਦੇ ਨੇ, ਵੱਡੇ ਵੱਡੇ ਬੰਦੇ ਆਉਂਦੇ ਨੇ ਇਹਨਾਂ ਦਾ ਸਹਿਯੋਗ ਕਰਨ, ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਥੇ ਤਕਰੀਬਨ ਮੈਂ ਅੱਜ ਅੱਖਾਂ ਨਾਲ ਦੇਖਿਆ ਵੀ 500 ਤੋਂ ਲੈ ਕੇ 1000 ਦੇ ਵਿੱਚ ਬੱਚਾ ਆਉਂਦਾ ਆ। ਜਿਹੜੇ ਇਹਨਾਂ ਨੂੰ ਤਿਆਰੀ ਕਰਾਉਂਦੇ ਨੇ ਉਹ ਪਰਸਨ ਨੇ, ਕੋਈ ਜੁੜਿਆ ਹੋਇਆ ਆ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ, ਉੱਥੋਂ ਰਿਟਾਇਰਮੈਂਟ ਲੈ ਕੇ ਕੋਈ ਜਣਾ ਬਾਹਰ ਚਲੇ ਜਾਂਦਾ ਆ। ਬਹੁਤ ਇਹੋ ਜਿਹੇ ਅਸੀਂ ਪਰਸਨ ਦੇਖੇ ਨੇ ਰਿਟਾਇਰ ਹੋ ਗਏ, ਫੋਰਨ ਕੰਟਰੀ ਚਲੇ ਜਾਂਦੇ ਨੇ, ਇੰਜੋਏ ਕਰਦੇ ਨੇ ਲਾਈਫ ਨੂੰ। ਪਰ ਇੱਥੇ ਦੋ ਟੀਚਰ, ਜੋ ਦੋ ਇੱਕ ਪ੍ਰਿੰਸੀਪਲ ਸਰ, ਉਹਨਾਂ ਨਾਲ ਇੱਕ ਫਿਜ਼ੀਕਲ ਐਜੂਕੇਸ਼ਨ ਦੇ ਡੀਪੀ ਸਰ, ਉਹ ਰਿਟਾਇਰਮੈਂਟ ਤੋਂ ਬਾਅਦ ਆਪਣੀਆਂ ਸੇਵਾਵਾਂ ਇੱਥੇ ਲਾ ਰਹੇ ਨੇ, ਉਹਨਾਂ ਨਾਲ ਮੁਲਾਕਾਤ ਹੋਊਗੀ। ਇੱਕ ਲੁਧਿਆਣੇ ਦੇ GNE ਕਾਲਜ ਦੇ ਪ੍ਰੋਫੈਸਰ, ਉਹ ਆਪਣੀ ਜੋਬ ਤੋਂ ਬਾਅਦ ਇੱਥੇ ਯੋਗਦਾਨ ਦਿੰਦੇ ਨੇ, ਅਤੇ ਇੱਕ ਹੋਰ DP ਸਰ ਫਿਜ਼ੀਕਲ ਐਜੂਕੇਸ਼ਨ ਨਾਲ ਜੁੜੇ ਹੋਏ, ਉਹ ਵੀ ਆਪਣਾ ਯੋਗਦਾਨ ਇੱਥੇ ਦਿੰਦੇ ਨੇ। ਪੰਚਾਇਤ ਮੈਂਬਰ ਵੀ ਵਿੱਚ ਨੇ, ਮਤਲਬ ਬੜੀ ਕਲੈਬਰੇਸ਼ਨ ਹੋ ਕੇ ਸਾਰਿਆਂ ਦੀ ਇਹ ਜਿਹੜੀ ਆਊਟਪੁੱਟ ਨਿਕਲ ਰਹੀ ਆ ਆਪਾਂ ਮਿਲਦੇ ਹਾਂ। ਦੇਖੋ ਇਹ ਨੇ ਪ੍ਰਿੰਸੀਪਲ ਰਿਟਾਇਰ ਹੋਏ ਨੇ ਸਰਦਾਰ ਅਮਰੀਕ ਸਿੰਘ ਜੀ, ਇਹ ਚਲੋ ਸੀਨੀਅਰ ਵੀ ਨੇ, ਇਸ ਕਲਾੜ ਦੇ ਵੀ ਨੇ। ਅਤੇ ਆਪਾਂ ਹੁਣ ਸ਼ੁਰੂਆਤ ਕਰਦੇ ਵੀ ਸਰ ਤੁਸੀਂ ਦੱਸੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰੀਕ ਸਿੰਘ, ਡੈਟ ਪ੍ਰਿੰਸੀਪਲ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਕਾਲੋਂ। ਪਿਛਲੇ ਸਾਲ ਲੋਕਡਾਊਨ ਤੋਂ ਬਾਅਦ ਸਾਥੀਆਂ ਨੇ ਬਿਆਨ ਕੀਤਾ ਕਿ ਕਰੋਨਾ ਤੋਂ ਬਾਅਦ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਹੋਈਆਂ, ਸਕੂਲ ਨਹੀਂ ਸੀ ਲੱਗਦੇ, ਜਿਹੜੇ ਯੂਥ ਹੈ ਉਹ ਘਰ ਬੈਠਾ ਹੈ। ਇਸ ਕਰਕੇ ਇਹ ਕੋਸ਼ਿਸ਼ ਕੀਤੀ ਕਿ ਅਸੀਂ ਨੌਜਵਾਨਾਂ ਨੂੰ ਇਕੱਠੇ ਕਰੀਏ। ਜੇ ਕਿਸੇ ਵੀ ਫੋਰਸਿਸ ਭਰਤੀ ਹੋਣਾ, ਜਿਵੇਂ CRP, BSF, ਪੰਜਾਬ ਪੁਲਿਸ ਜਾਂ ਸੈਨਾ ਦੇ ਵਿੱਚ ਭਰਤੀ ਹੋਣਾ, ਉਹਨਾਂ ਨੂੰ ਫਿਜ਼ੀਕਲ ਤੌਰ 'ਤੇ ਫਿੱਟ ਕਰਨਾ, ਕਿਉਂਕਿ ਦੇਖਿਆ ਗਿਆ ਕਿ ਬਹੁਤ ਸਾਰੇ ਬੱਚੇ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਵੀ ਅਸੀਂ ਜਾ ਕੇ ਕਰਨਾ ਕੀ ਹੈ। ਉੱਥੇ ਜਾ ਕੇ ਉਹ ਪਿੱਛੇ ਰਹਿ ਜਾਂਦੇ ਨੇ, ਸਮਾਂ ਨਹੀਂ ਪੂਰਾ ਕਰਦੇ। ਸੋ ਜੋ ਵੀ ਫੈਸਿਲਿਟੀਆਂ ਦੇ ਰਹੇ ਹਾਂ ਉਹਦੇ ਵਿੱਚ ਬੱਚਿਆਂ ਨੂੰ ਫਿਜ਼ੀਕਲ ਤੌਰ 'ਤੇ ਫਿੱਟ ਕਰਨਾ। ਜੋ ਨਿਯਮ ਹੈ ਭਰਤੀ ਦੇ, ਉਹ ਨਿਯਮ ਤਹਿਤ ਬੱਚਿਆਂ ਨੂੰ ਟ੍ਰੇਨਿੰਗ ਦੇਣੀ, ਔਰ ਨਾਲ ਹੀ ਬੱਚਿਆਂ ਨੂੰ ਸਿੱਖਿਆ ਦੇਣੀ ਹੈ, ਵੱਡਿਆਂ ਦਾ ਸਤਿਕਾਰ ਕਰਨਾ, ਘਰ ਵਿੱਚ ਮਿਲ ਕੇ ਰਹਿਣਾ, ਆਪਸੀ ਪਿਆਰ ਮੁਹੱਬਤ। ਸੋ ਅਸੀਂ ਇੱਕ ਟੀਮ ਬਣਾਈ ਹੈ, ਮੇਰੇ ਨਾਲ ਸਰ ਸਿੰਦਰ ਸਿੰਘ ਜੀ ਨੇ ਜੋ ਰਿਟਾਇਰ PTI ਨੇ, ਹਰਪ੍ਰੀਤ ਸਿੰਘ ਜੀ ਪੰਚ ਨੇ, ਇਹ ਲੈਕਚਰਰ ਲੱਗੇ ਨੇ ਗੁਰੂ ਨਾਨਕ ਕਾਲਜ ਦਰਾਹ ਦੇ ਵਿੱਚ। ਹਰਪ੍ਰੀਤ ਸਿੰਘ ਇਹ ਵੀ DP ਦੇ ਤੌਰ 'ਤੇ ਕੰਮ ਕਰਦੇ ਆ। ਸੋ ਅਸੀਂ ਇੱਕ ਟੀਮ ਬਣਾਈ ਹੈ, ਔਰ ਟੀਮ ਦੇ ਤਹਿਤ ਅਸੀਂ ਜੋ ਸਮੁੱਚਾ ਕੰਮ ਹੈ ਉਹ ਅਸੀਂ ਕਰਦੇ ਹਾਂ। ਕਿਸੇ ਵਿਸ਼ਵਾਸ ਹੈ ਵੀ ਅਸੀਂ ਰਲ ਮਿਲ ਕੇ ਕੰਮ ਕਰੀਏ, ਵਾਹਿਗੁਰੂ ਸਾਡੇ ਨਾਲ ਨੇ, ਅਸੀਂ ਰਲ ਮਿਲ ਕੇ ਕੰਮ ਕਰ ਸਕਦੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਹ ਵੀਰ ਜੀ ਆਪਣੇ ਹਰਪ੍ਰੀਤ ਸਿੰਘ ਜੀ, ਇਹ ਪ੍ਰੋਫੈਸਰ ਨੇ ਦਰਾਹੇ ਕਾਲਜ ਦੇ ਵਿੱਚ। ਅਤੇ ਤੁਸੀਂ ਇਹ ਦੱਸੋ ਵੀ ਤੁਹਾਡੇ ਮਨ ਦੇ ਵਿੱਚ, ਕਿਉਂਕਿ ਇੱਕ ਜੋਬ ਜਦੋਂ ਮਿਲ ਜਾਂਦੀ ਹੈ ਬੰਦੇ ਨੂੰ, ਹੁੰਦਾ ਚਲੋ ਲਾਈਫ ਚੱਲ ਪਈ, ਵੀ ਜੋਬ ਤੋਂ ਬਾਅਦ ਤੁਹਾਡੇ ਮਨ ਵਿੱਚ ਕਿਵੇਂ ਆਇਆ ਵੀ ਚਲੋ ਸਰ ਹੁਣੀ ਤਾਂ ਚਲੋ ਰਿਟਾਇਰ ਦੋਨੇ ਹੋਏ ਨੇ, ਤੁਸੀਂ ਜੋਬ ਵੀ ਕਰਨੀ ਆ, ਵੀ ਕਿਵੇਂ ਤੁਸੀਂ ਟਾਈਮ ਕੱਢਣ ਦਾ ਸੋਚਿਆ, ਉਹ ਤੁਸੀਂ ਦੱਸੋ। ਜੋਬ ਤੋਂ ਲੋਕਡਾਊਨ ਦੇ ਵਿੱਚ ਤਾਂ ਥੋੜ੍ਹੀਆਂ ਕਲਾਸਿਸ ਵੀ ਸਾਡੀਆਂ ਔਨਲਾਈਨ ਹੀ ਚੱਲਦੀਆਂ ਸੀਗੀਆਂ ਜੀ, ਅਤੇ ਔਨਲਾਈਨ ਤੋਂ ਬਾਅਦ ਚਲੋ ਘਰ ਬੈਠ ਕੇ ਵੀ ਥੋੜ੍ਹਾ ਜਿਹਾ, ਬਾਕੀ ਇਹ ਆ ਸਾਡੇ ਪਿੰਡ ਦਾ ਵੀ ਥੋੜ੍ਹਾ ਜਿਹਾ ਮਾਹੌਲ ਨਾ, ਸਾਡੇ ਪਿੰਡ ਦੇ ਵਿੱਚ ਸਾਨੂੰ ਸਾਰੋਂ ਨਹੀਂ ਹੈਗੇ ਹੈ, ਹੈ ਨਾ। ਇੱਦਾਂ ਜੇ ਕੋਈ ਮਤਲਬ ਸੋਚਦਾ ਨਾ ਬੰਦਾ ਕੁਛ ਕੰਮ ਕਰਨ ਦੀ, ਤਾਂ ਜਦੋਂ ਅਸੀਂ ਇਹਦੇ ਬਾਰੇ ਸੋਚਿਆ, ਸਾਡੇ ਇੱਕ ਹਰਪ੍ਰੀਤ ਸਿੰਘ ਫੌਜੀ ਜੀ ਨੇ, ਉਹ ਅੱਜ ਐਬਸੈਂਟ ਰਹੇ ਆ, ਜਾਏ ਨਹੀਂ ਕਿਸੇ ਕਾਰਨ ਕਰਕੇ, ਉਹਨਾਂ ਨੇ ਇਹਦੀ ਸ਼ੁਰੂਆਤ ਕੀਤੀ। ਉਹ ਕਹਿੰਦੇ ਸ਼ੁਰੂਆਤ ਨਹੀਂ ਮਤਲਬ ਉਹਨਾਂ ਦੇ ਮਨ ਦੇ ਵਿੱਚ ਇੱਕ ਵਿਚਾਰ ਆਇਆ ਪਿਛਲੇ ਸਾਲ,
वो कहिंदे भी जिहड़े बच्चे आ फौज की जां पुलिस दे लई कोई भर्ती की कोशिश करते ने ना कहिंदे उन्हां दे लई आपां ना इक कोई प्लेटफॉर्म खड़ा करिए। मेरे नाल उन्हां ने सलाह की, मैं कहा भी चलो आपां प्लेटफॉर्म जे खड़ा करना तां अपने पिंड दे विच दो इंसान इदां दे ने भी जिहड़े मतलब अपने पिंड दा नाम बहुत दूर तक ते एरिए तक उन्हां ने रोशन किया होया भी आपां नूं ओह जे मदद कर देण तां आपां प्लेटफॉर्म बहुत वधिया तरीके दे नाल खड़ा कर सकदे आ। तां असीं सब तों पहलां अमरीक सर कोल गए ते अमरीक सर नूं असीं दस्सिया कि इदां इदां करना चाहुंदे आ ਤਾਂ ਸਰ ਨੇ ਕੋਈ ਸਾਨੂੰ ਮਤਲਬ ਇਹ ਨਹੀਂ ਕੀਤਾ ਵੀ ਨਹੀਂ ਇੱਦਾਂ ਨਹੀਂ ਇੱਦਾਂ, ਸਰ ਕਹਿੰਦੇ ਤੁਸੀਂ ਕਰੋ ਅਸੀਂ ਨਾਲ ਆ। ਠੀਕ ਹੈ ਦੇਖੋ ਅਸੀਂ ਨਹੀਂ ਕਰਨਾ, ਤੁਸੀਂ ਸਾਨੂੰ ਗਾਈਡ ਕਰੋ, ਅਸੀਂ ਨਵੇਂ ਆ, ਸਾਨੂੰ ਕੁਛ ਨਹੀਂ ਪਤਾ। ਸਾਡੇ ਕੋਲ ਤਾਂ ਮਤਲਬ ਇੱਕ ਵਿਚਾਰ ਆਇਆ ਕਿ ਇੱਦਾਂ ਹੋਣਾ ਚਾਹੀਦਾ ਪਿੰਡ ਦੇ ਵਿੱਚ, ਸਰ ਕਹਿੰਦੇ ਚਲੋ ਕੋਈ ਗੱਲ ਨਹੀਂ, ਸਰ ਕਹਿੰਦੇ ਵੀ ਮੈਂ ਲੀਡ ਕਰਦਾ। ਤਾਂ ਉਦੋਂ ਤੋਂ ਸਾਨੂੰ ਸਰ ਗਾਈਡ ਕਰ ਰਹੇ ਆ, ਮਤਲਬ ਸਾਨੂੰ 2 ਸਾਲ ਹੋ ਗਏ ਆ, 2 ਸਾਲ ਤੋਂ ਸਰੋਂ ਨਹੀਂ ਸਾਡਾ ਜਿਹੜਾ ਬੱਚਿਆਂ ਦਾ ਟਾਈਮ ਹੈ ਹਜੇ ਸਾਡੇ ਵਿੱਚੋਂ ਕੋਈ ਲੇਟ ਹੋ ਜਾਂਦਾ। ਜਿਹੜੇ ਅਸੀਂ ਨਵੇਂ ਮੁੰਡੇ ਆ, ਮਨਿੰਦਰ ਵੀਰ ਆ ਸਾਡੇ ਨਾਲ, ਇਹ ਵੀ ਪੂਰਾ ਸਾਡਾ ਯੋਗਦਾਨ ਦੇ ਰਿਹਾ ਤੇ ਅਸੀਂ ਤਿੰਨਾਂ ਦੇ ਵਿੱਚੋਂ ਕੋਈ ਨਾ ਕੋਈ ਲੇਟ ਹੋ ਜਾਂਦਾ, ਪਰ ਸਰੋਂ ਨਹੀਂ ਦੋਨੋਂ ਅੱਧਾ ਘੰਟਾ ਪਹਿਲਾਂ ਜਿਹਦਾ 5 ਵਜੇ ਦਾ ਟਾਈਮ ਹੈ 4:30 ਵਜੇ ਸਾਰੋਂ ਨਹੀਂ ਦੋਨੋਂ ਗਰਾਊਂਡ ਦੇ ਵਿੱਚ ਹੁੰਦੇ ਆ। ਇਹ ਇਹਨਾਂ ਦੀ ਸਿਫਤ ਹੈ ਸਾਰਾ, ਇਹਨਾਂ ਨੇ ਜੋ ਵੀ ਇੱਥੇ ਬੱਚਿਆਂ ਨੂੰ ਲੜਕੀਆਂ ਲੜਕੇ ਆ ਲੜਕੀਆਂ ਇਹਨਾਂ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਹੈਂਡਲ ਕੀਤਾ ਹੋਇਆ। ਅਸੀਂ ਮਤਲਬ ਜਿੰਨਾ ਕੁ ਸਾਡੇ ਵੱਲੋਂ ਹੁੰਦਾ ਉਹ ਕਰਦੇ ਹਾਂ, ਸਾਰੋਂ ਨਹੀਂ ਬਹੁਤ ਵਧੀਆ ਤਰੀਕੇ ਦੇ ਨਾਲ ਗਾਈਡ ਕਰਦੇ ਆ ਤੇ ਬਹੁਤ ਵੱਡਾ ਉਪਰਾਲਾ ਮਤਲਬ ਸਰ ਉਹਨਾਂ ਦੀ ਬਦੌਲਤ ਤੇ ਸਾਡੇ ਫੌਜੀ ਸਾਹਿਬ ਉਹਨਾਂ ਦੀ ਬਦੌਲਤ ਇਹ ਚੀਜ਼ ਵਧੀਆ ਚੱਲ ਰਹੀ ਹੈ। ਬਾਕੀ ਸਾਰੇ ਅਸੀਂ ਜਿਹੜੇ ਪਿੰਡ ਦੇ ਸੀਗੇ ਆਪਣੇ ਮਤਲਬ ਜਿੱਦਾਂ ਸੋਸ਼ਲੀਆਂ ਪਹਿਲਾਂ ਤੋਂ ਉਹ ਹਿਸਾਬ ਨਾਲ ਚੱਲੀ ਜਾ ਰਹੀ। ਹਾਂਜੀ, ਇਹ ਨੇ ਸੁਰਿੰਦਰ ਸਰ, ਇਹ ਵੀ ਰਿਟਾਇਰਮੈਂਟ ਤੋਂ ਬਾਅਦ ਇੱਥੇ ਆਪਣੀਆਂ ਸੇਵਾਵਾਂ ਦਾ ਯੋਗਦਾਨ ਦਿੰਦੇ ਨੇ। ਅਤੇ ਤੁਸੀਂ ਸਰ ਜੀ ਇਹ ਦੱਸ ਦਿਓ ਵੀ ਜਿਹੜੇ ਬੱਚੇ ਨੇ ਇੱਥੇ ਸਪੋਜ਼ ਕਰੋ ਵੀ ਬਾਹਰੋਂ ਆਉਣਾ ਕਿਸੇ ਹੋਰ ਸਿਟੀ ਜਾਂ ਪਿੰਡ ਤੋਂ, ਉਹਦੇ ਵਾਸਤੇ ਕੀ ਪ੍ਰੂਫ ਚਾਹੀਦਾ ਹੁੰਦਾ ਵਾ, ਕਿਉਂਕਿ ਵੀਡੀਓ ਦੇਖਣੀ ਸਾਰਿਆਂ ਨੇ, ਉਹ ਦੱਸ ਦਿਓ ਤੁਸੀਂ। ਸਰ ਜਿਹੜੇ ਬਾਹਰਲੇ ਬੱਚੇ ਆ ਜੀ ਸਾਡੇ ਕੋਲ, ਉਹਨਾਂ ਦੇ ਸਾਨੂੰ 2 ਆਧਾਰ ਕਾਰਡ ਚਾਹੀਦੇ ਨੇ, ਇੱਕ ਉਹਨਾਂ ਦੇ ਪੇਰੈਂਟਸ ਦਾ, ਠੀਕ ਹੈ ਜੀ, ਤੇ ਇੱਕ ਉਹਨਾਂ ਦਾ ਆਪਣਾ, ਠੀਕ ਹੈ ਜੀ, ਤੇ ਪੇਰੈਂਟਸ ਦੇ ਦੋਨਾਂ ਦੇ ਉੱਪਰ ਜਿਹੜੇ ਸਾਈਨ ਚਾਹੀਦੇ ਨੇ। ਹਾਂਜੀ, ਤੇ ਅਸੀਂ ਉਹਨਾਂ ਤੋਂ ਕੋਈ ਫੀਸ ਵਗੈਰਾ ਨਹੀਂ ਲੈਂਦੇ। ਹਾਂਜੀ, ਤੇ ਜੇ ਫੀਸ ਉਹਨਾਂ ਤੋਂ ਲੈਂਦੇ ਵੀ ਆ ਤਾਂ 500 ਰੁਪਇਆ ਤਾਂ ਉਹ ਰਿਫੰਡੇਬਲ ਆ, ਠੀਕ ਹੈ ਜੀ, ਉਹਨਾਂ ਨੂੰ ਐਂਡ ਦੇ ਵਿੱਚ ਵਾਪਸ ਕਰ ਦਈਦੀ ਆ, ਠੀਕ ਹੈ ਜੀ। ਤੇ ਸਾਡਾ ਮੇਨ ਮੁੱਖ ਮਕਸਦ ਯੂਥ ਨੂੰ ਬਚਾਉਣਾ, ਹਾਂਜੀ, ਤੇ ਉਹਨੂੰ ਚੰਗੇ ਪਾਸੇ ਲਾਉਣਾ, ਠੀਕ ਹੈ ਜੀ। ਹਾਂਜੀ, ਇਹ ਨੇ ਆਪਣੇ ਵੀਰ ਮਨਿੰਦਰ ਸਿੰਘ ਜੀ ਤੇ ਇਹ ਮੇਰੇ ਕਲਾਸਮੇਟ ਵੀ ਨੇ। ਤੇ ਤੁਸੀਂ ਇਹ ਦੱਸ ਦਿਓ ਵੀ ਨੌਜਵਾਨ ਜਿਹੜੇ ਆਪਣੇ ਵਰਗੇ ਨੇ ਵੀ ਉਹ ਕੀ ਕਰਨ ਪੰਜਾਬ ਨੂੰ ਬਚਾਉਣ ਵਾਸਤੇ? ਬਸ ਨੌਜਵਾਨਾਂ ਨੂੰ ਇਹੀ ਚਾਹੀਦਾ ਵਾ ਵੀ ਆਪਣੇ ਬੱਚਿਆਂ ਨੂੰ ਤੇ ਆਪਦੀ ਸਿਹਤ ਤੇ ਆਪਦੇ ਬੱਚਿਆਂ ਦੀ ਸਿਹਤ ਉਹ ਵਧੀਆ ਰੱਖਣ। ਇਹਦੇ ਲਈ ਉਹਨਾਂ ਨੂੰ ਡੇਲੀ ਆਪ ਗਰਾਊਂਡ ਆਉਣਗੇ ਤਾਂ ਉਹਨਾਂ ਦੇ ਬੱਚਿਆਂ 'ਚ ਵੀ ਚਾਅ ਪੈਦਾ ਹੋਊਗਾ ਵੀ ਸਾਡੇ ਪੇਰੈਂਟਸ ਗਰਾਊਂਡ ਆਉਂਦੇ ਨੇ ਤਾਂ ਅਸੀਂ ਵੀ ਗਰਾਊਂਡ ਦੇ ਵਿੱਚ ਜਾਈਏ। ਉੱਦਾਂ ਹੁਣ ਤੁਸੀਂ ਦੇਖਦੇ ਹੋ ਟੀ ਵੀ 'ਤੇ ਡਿਬੇਟਾਂ ਹੁੰਦੀਆਂ ਨੇ ਵੀ ਇੰਡੀਆ ਦਾ ਕੋਈ ਓਲੰਪਿਕ 'ਚ ਮੈਡਲ ਨਹੀਂ ਆਉਂਦਾ, ਹਰ ਵਗਾ ਡਿਬੇਟ ਕਰਦੇ ਨੇ, ਪਰ ਇਹ ਨਹੀਂ ਪਤਾ ਵੀ ਗਰਾਊਂਡ ਲੈਵਲ 'ਤੇ ਇੰਡੀਆ ਦੀ ਕੀ ਪਰਫਾਰਮੈਂਸ ਆ। ਗਰਾਊਂਡਾਂ ਦੇ ਵਿੱਚ ਬੱਚੇ ਜਾਣੋ ਹਟ ਗਏ, ਸੋਸ਼ਲ ਮੀਡੀਆ 'ਚ ਫਸ ਗਏ, ਮੋਬਾਈਲਾਂ 'ਚ ਫਸ ਗਏ, ਗੇਮਾਂ 'ਚ ਚਲੇ ਗਏ, ਗਰਾਊਂਡ ਖਾਲੀ ਪਏ ਨੇ। ਅਤੇ ਹੁਣ ਪੇਰੈਂਟਸ ਨੂੰ ਹੰਭਲਾ ਮਾਰਨਾ ਪੈਣਾ ਵੀ ਖੁਦ ਵੀ ਗਰਾਊਂਡ 'ਚ ਆਉਣ, ਡਾਕਟਰਾਂ ਕੋਲ ਜਿਹੜੇ ਪੈਸੇ ਲਾਉਂਦੇ ਨੇ ਉਹ ਬਚ ਜਾਣਗੇ, ਬੀਪੀ ਦੀਆਂ ਸ਼ਿਕਾਇਤਾਂ ਜਾਂ ਹੋਰ ਬਿਮਾਰੀਆਂ ਦੂਰ ਹੋਣਗੇ, ਉਹਨੂੰ ਦੇਖ ਕੇ ਉਹਨਾਂ ਦੇ ਬੱਚੇ ਵੀ ਗਰਾਊਂਡਾਂ ਦੇ ਵਿੱਚ ਆਉਣਗੇ। ਇੱਦਾਂ ਹੀ ਪਨੀਰੀ ਤਿਆਰ ਹੋਊਗੀ ਜੇ ਬੱਚਿਆਂ ਵਿੱਚ ਪਹਿਲੀ ਚੰਗਿਆਰੀ ਲਾ ਦਾਂਗੇ ਆਪਾਂ ਖੇਡਾਂ ਦੀ, ਤਾਂ ਉਹ ਜਿੱਥੇ ਵੀ ਜਾਣਗੇ ਅਗਲੇ ਸਕੂਲਾਂ ਜਾਣ ਕਾਲਜਾਂ ਜਾਣਗੇ ਅਤੇ ਪਨੀਰੀ ਵਧੀਆ ਆਊਗੀ ਤਾਂ ਉਹ ਗੇਮ ਦੇ ਕਿਸੇ ਨਾ ਕਿਸੇ ਗੇਮ ਸਿਲੈਕਟ ਹੋਣਗੇ, ਤਾਂ ਦੇਸ਼ ਦਾ ਨਾਂ ਰੋਸ਼ਨ ਕਰਨਗੇ। ਧੰਨਵਾਦ।